ਕੀ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਉਸ ਵਿਅਕਤੀ ਦੀ ਮਸ਼ਹੂਰੀ ਹੋ ਸਕਦੀ ਹੈ ਜਿਹਦਾ ਪੰਜਾਬ ਦੇ ਨਾਲ ਕੋਈ ਲਾਗਤ ਹੈ ਗਣੀ ਪੰਜਾਬ ਨੂੰ ਇਸ ਵਕਤ ਯੋਗ ਦੀ ਲੋੜ ਹੈ ਜਾਂ ਨਸ਼ਿਆਂ ਤੋਂ ਛੁਟਕਾਰੇ ਦੀ ਲੋੜ ਹੈ ਕਿਸ ਮੁੱਖ ਮੰਤਰੀ ਸਾਡਾ ਖਰਚਾ ਸਾਡਾ ਮਸ਼ਹੂਰੀ ਅਰਵਿੰਦ ਕੇਜਰੀਵਾਲ ਦੀ ਮੁਫਤ ਦੇ ਵਿੱਚ ਆਣ ਸਾਹਿਬ ਯੋਗ ਤੇ ਵੀ ਤੰਜ ਕਸਦੇ ਸੀ ਮਸ਼ਹੂਰੀ ਤੇ ਵੀ ਤੰਜ ਕਸਦੇ ਸੀ ਹਰ ਇੱਕ ਚੀਜ਼ ਤੇ ਉਤੇ ਤੰਜ ਕਰਦੇ ਹੁੰਦੇ ਸੀ ਤੇ ਅੱਜ ਉਹ ਸਾਰੀਆਂ ਚੀਜ਼ਾਂ ਖੁਦ ਕਰ ਰਿਹਾ ਮੈਂ ਲੁਧਿਆਣੇ ਆਇਆ ਸੀ ਅੱਜ ਤੇ ਮੈਥੋਂ ਰਿਹਾ ਨਹੀਂ ਗਿਆ ਉਹ ਰਿਹਾ ਕੀ ਨਹੀਂ ਗਿਆ ਵੀ ਮੈਂ ਬੋਰਡ ਵੇਖੇ ਉਹ ਸਾਹਮਣੇ ਵੀ ਦਿਖ ਰਹੇ ਹੋ ਤੁਸੀਂ ਸੀਐਮ ਦੀ ਯੋਗਸ਼ਾਲਾ ਯੋਗ ਜ਼ਰੂਰ ਕਰੋ ਸਵਸਥ ਰਹੋ ਤੇ ਉਹਦੇ ਨਾਲ ਹੀ ਫੋਟੋ ਲੱਗੀ ਹੈ ਦਿੱਲੀ ਦੇ ਮੁੱਖ ਮੰਤਰੀ ਦੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਦੀ ਕੌਮੀ ਕਨਵੀਨਰ ਦੀ ਤਾਂ ਉਹ ਫੋਟੋ ਲੱਗੀ ਦੇਖ ਕੇ ਲੱਗਿਆ ਵੀ ਬੋਰਡ ਸਰਕਾਰੀ ਬੋਰਡ ਪੰਜਾਬ ਸਰਕਾਰ ਦੇ ਤੇ ਫੋਟੋ अरविंद केजरीवाल दी वालदी ਨਾਲ ਹੁਣ ਇੱਥੇ ਇੱਕ ਜਵਾਬ ਇਹ ਵੀ ਆ ਸਕਦਾ ਹੈ ਕਿ ਐਮਓਯੂ ਸਾਈਨ ਹੋਇਆ ਹੋਇਆ ਹੈ ਕਾਫੀ ਕੁਝ ਜਿਹੜੀਆਂ ਸ਼ੁਰੂ ਦੇ ਵਿੱਚ ਹੀ ਦਿੱਲੀ ਦੇ ਨਾਲ ਇਹ ਕਰ ਲਈ ਸੀ ਸਮਝੌਤੇ ਕਿ ਇੱਕ ਦੂਜੇ ਦੇ ਦਖਲ ਦੇ ਸਕਦੇ ਆਫਸਰ ਭਲਾ ਸਕਦੇ ਆ ਪਰ ਇਹ ਬੋਰਡ ਦੇਖ ਕੇ ਇਹ ਮੰਨ ਨੂੰ ਠੇਸ ਪਹੁੰਚੀ ਕਿ ਮੁੱਖ ਮੰਤਰੀ ਸਾਡਾ ਖਰਚਾ ਸਾਡਾ ਮਸ਼ਹੂਰੀ अरविंद केजरीवाल ਦੀ ਮੁਫਤ ਦੇ ਵਿੱਚ ਨੰਬਰ 2 ਦੇ ਉੱਤੇ ਵੱਖ-ਵੱਖ ਜਗ੍ਹਾ ਦੇ ਉੱਤੇ ਆਮਦਵੀ ਪਾਰਟੀ ਕਰੋੜਾਂ ਰੁਪਿਆ ਖਰਚਾ ਕਰ ਰਹੀ ਹੈ ਇਸ ਵਕਤ ਐਡਵਰਟਾਈਜ਼ਮੈਂਟ ਤੇ ਮਸ਼ਹੂਰੀ ਦੇ ਉੱਤੇ ਇੱਥੇ ਮਸ਼ਹੂਰੀ ਹੋ ਰਹੀ ਹੈ ਯੋਗ ਦੀ ਪੰਜਾਬ ਨੂੰ ਇਸ ਵਕਤ ਯੋਗ ਦੀ ਲੋੜ ਹੈ ਜਾਂ ਨਸ਼ਿਆਂ ਤੋਂ ਛੁਟਕਾਰੇ ਦੀ ਲੋੜ ਹੈ ਜਾਂ ਰੋਜ਼ਗਾਰ ਦੀ ਲੋੜ ਹੈ ਜਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣਾਏ ਆ ਪਹਿਲਾਂ ਸਰਕਾਰਾਂ ਨੇ ਜਾਂ ਹੁਣ ਸਰਕਾਰ ਦੇ ਮੌਕੇ ਉਹਨਾਂ ਤੋਂ ਬਚਣ ਦੀ ਲੋੜ ਹੈ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਵੀਡੀਓ ਆ ਰਹੀਆਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧ ਰਿਹਾ ਹੈ ਪੰਜਾਬ ਦੇ ਵਿੱਚ ਚਿਟਾਦਨ ਵਿਦਣ ਵਧ ਰਿਹਾ ਹੈ ਬੇਰੁਜ਼ਗਾਰੀ ਵਧ ਰਹੀ ਹੈ ਪਰ ਇੱਥੇ ਕੀ ਕਹਿ ਰਹੇ ਆ ਕਿ ਯੋਗ ਜਰੂਰ ਕਰੋ ਸੀਐਮ ਸੀਐਮ ਦੀ ਯੋਗਸ਼ਾਲਾ ਤੁਹਾਨੂੰ ਯੋਗ ਗੁਰੂ ਦਿੱਤਾ ਜਾਵੇਗਾ ਤੁਹਾਨੂੰ ਇਹ ਤਾਇਆ ਜਾਵੇਗਾ ਤਾਂ ਇਹ ਚੀਜ਼ਾਂ ਦੀ ਪੰਜਾਬ ਨੂੰ ਕੌਣ ਤੋਂ ਲੋੜ ਪਈ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਮੈਂ ਐਂ ਟੰਗੀਆਂ ਨਹੀਂ ਵੇਖਿਆ ਅੱਜ ਤੱਕ ਉਹ ਵੀ ਦਿੱਲੀ ਦੇ ਕਨਵੀਨਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਜਿਹਦੇ ਕੋਲੇ ਨਾ ਕੋਈ ਪੰਜਾਬ ਦਾ ਸਵਿਧਾਨਕ ਅਹੁਦਾ ਹਾਂ ਉਹ ਇੱਕ ਜਿਹੜੀ ਲੈਟਰ ਜਾਰੀ ਕਰਕੇ ਸਮਝੌਤੇ ਕਰਕੇ ਜਰੂਰ ਬਣ ਗਏ ਹੋਣਗੇ ਪੰਜਾਬ ਦੇ ਵਿੱਚ ਪਰ ਕੀ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਉਸ ਵਿਅਕਤੀ ਦੀ ਮਸ਼ਹੂਰੀ ਹੋ ਸਕਦੀ ਹੈ ਜਿਹਦਾ ਪੰਜਾਬ ਦੇ ਨਾਲ ਕੋਈ ਲਗਾਅ ਤੇ ਗਣੀ ਹਾਂ ਫੋਟੋ ਲੱਗੀ ਹੁੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ ਮੰਨ ਸਕਦੇ ਸੀ ਕਿਉਂਕਿ ਉਹ ਸੈਂਟਰ ਸਰਕਾਰ ਆ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਦੀ ਲੱਗ ਸਕਦੀ ਸੀ ਪਰ ਇਹ ਯੋਗ ਨੂੰ ਇੰਨੀ ਪ੍ਰਮੋਟ ਇੰਨਾ ਮਾਨ ਸਾਹਿਬ ਨੂੰ ਮਤਲਬ ਯੋਗ ਦਾ ਕਿਥੋਂ ਮੋ ਯਾਗ ਆਇਆ ਉਹ ਖੁਦ ਕਮੇਟੀ ਦੇ ਵਿੱਚ ਯੋਗ ਨੂੰ ਬੜੀਆਂ ਟੀਚਰਾਂ ਕਰਦੇ ਰਹੇ ਆ ਉਹ ਬੜਾ ਯੋਗ ਦੇ ਉੱਤੇ ਤੰਝ ਕੱਸਦੇ ਰਹੇ ਆ ਕਿ ਇਹ ਤਾਂ ਇਸ ਤਰੀਕੇ ਦੀਆਂ ਗਤੀਵਿਧੀਆਂ ਚੱਲੋ ਮੈਂ ਉਹ ਕਹੂੰਗਾ ਨਹੀਂ ਉਹ ਬਾਬਾ RAM ਦੇਵ ਦੀ ਕਾਪੀ ਬਣਾ ਕੇ ਬਹੁਤ ਕੁਝ ਕਹਿੰਦੇ ਰਹੇ ਪਰ ਅੱਜ ਖੁਦ ਸੀਐਮ ਯੋਗ ਸ਼ਾਲਾ ਮਤਲਬ ਆਮ ਆਦਮੀ ਪਾਰਟੀ ਦਾ ਇੱਕ ਗੱਲ ਪੱਕੀ ਹੈ ਕਿ ਜਿਹੜੀਆਂ ਗੱਲਾਂ ਇਹ ਕਹਿ ਕੇ ਆਏ ਸੀ ਜਿਹੜੀਆਂ ਗੱਲਾਂ ਇਹ ਕਹਿੰਦੇ ਸੀ ਕਿ ਅਸੀਂ ਨਹੀਂ ਆ ਕਰਦੇ ਦੂਜੇ ਆ ਕਰਦੇ ਆ ਉਹ ਸਾਰੀਆਂ ਗੱਲਾਂ ਉਹ ਖੁਦ ਕਿਉਂ ਕਰ ਰਿਹਾ ਮਾਨਸਾਭ ਯੋਗ ਤੇ ਵੀ ਤੰਜ ਕੱਸਦੇ ਸੀ ਮਸ਼ਹੂਰੀ ਤੇ ਵੀ ਤੰਜ ਕੱਸਦੇ ਸੀ ਹਰ ਇੱਕ ਚੀਜ਼ ਦੇ ਉੱਤੇ ਤੰਜ ਕੱਸਦੇ ਹੁੰਦੇ ਸੀ ਤੇ ਅੱਜ ਉਹ ਸਾਰੀਆਂ ਚੀਜ਼ਾਂ ਖੁਦ ਕਰ ਰਿਹਾ ਮੈਨੂੰ ਖਟਕੀ ਇਸ ਇਸ ਬੋਰਡ ਦੇ ਸਭ ਤੋਂ ਵੱਡੀ ਚੀਜ਼ ਕੀ ਖਟਕੀ ਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੋਣੀ ਪੰਜਾਬ ਦੇ ਬੋਰਡਾਂ ਦੇ ਉੱਤੇ ਨੰਬਰ 2 ਦੇ ਉੱਤੇ ਜਿਹੜਾ ਕਿ ਬੋਰਡਾਂ ਤੇ ਫालतू ਖਰਚਾ ਨੰਬਰ 3 ਦੇ ਉੱਤੇ ਕਿ ਪੰਜਾਬ ਨੂੰ ਯੋਗ ਦੀ ਲੋੜ ਨਹੀਂ ਪੰਜਾਬ ਨੂੰ ਚਿੱਟੇ ਤੋਂ ਛਟਕਾਰੇ ਦੀ ਲੋੜ ਹੈ ਪੰਜਾਬ ਨੂੰ ਬੇਰੁਜ਼ਗਾਰੀ ਤੋਂ ਛਟਕਾਰੇ ਦੀ ਲੋੜ ਹੈ ਪੰਜਾਬ ਨੂੰ ਗੈਂਗਸਟਰਾਂ ਤੋਂ ਛਟਕਾਰੇ ਦੀ ਲੋੜ ਹੈ ਪੰਜਾਬ ਦੀਆਂ ਜੇਲਾ ਸੁਰਖਿਅਤ ਕਰਨ ਦੀ ਲੋੜ ਹੈ ਉਹ ਕਿਸੇ ਤੇ ਜ਼ੋਰ ਨਹੀਂ ਜੋ ਕਰਵਾਈ ਜਾਓ ਕੁਝ ਕਰਵਾਈ ਜਾਓ ਪੰਜਾਬ ਦੇ ਇਹਨਾਂ ਦੇ ਰਗਾਂ 'ਚ ਚਿੱਟਾ ਵਸ ਗਿਆ ਨਾ ਜਿਹੜੇ ਨੌਜਵਾਨਾਂ ਦੀ ਉਹ ਤੁਹਾਡੇ ਯੋਗਨਾ ਨਹੀਂ ਛੁੱਟਣਾ ਉਹਨਾਂ ਦੇ ਉੱਤੇ ਪਾਲਿਸੀਆਂ ਲੈ ਕੇ ਆਉਣੀਆਂ ਪੈਣਗੀਆਂ ਉਹਨਾਂ ਨੂੰ ਇੱਕ ਚੰਗਾ ਵਾਤਾਵਰਨ ਦੇਣਾ ਪੈਣਾ